ਤਨ ਵਾਹਿਗੁਰੂ ਤਨ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰਾਮਤ ਕਰਦੇ ਹੋਏ ਜੋ ਅੰਮ੍ਰਿਤਮਈ ਬਾਣੀ ਮਨੁੱਖਤਾ ਦੀ ਕਲਿਆਣ ਦੇ ਵਾਸਤੇ ਬਖਸ਼ਿਸ਼ ਕੀਤੀ ਹੈ, ਸਾਰੀ ਹੀ ਬਾਣੀ ਗਿਆਨ ਦਾ ਅਥਾਹ ਸਾਗਰ ਹੈ, ਸਮੁੰਦਰ ਹੈ। ਕੋਈ ਵੀ ਜਨ ਇਸ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਆਪਣੇ ਜੀਵਨ ਦੀ ਸਫਲਤਾ, ਜੀਵਨ ਆਨੰਦ ਨੂੰ, ਆਤਮਿਕ ਆਨੰਦ ਨੂੰ ਪ੍ਰਾਪਤ ਕਰਦਾ ਹੈ। ਇਸੇ ਹੀ ਲੜੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੋ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਨੇ ਬਹੁਤ ਹੀ ਗੁਹਜ ਰਮਝਾਂ ਜੋ ਹਨ ਉਹ ਆਪਣੇ ਜਗਿਆਸੂ ਦੇ ਨਾਲ, ਗੁਰਸਿੱਖਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ। ਸ਼ੁਰੂਆਤ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਪ੍ਰਾਰੰਭਤਾ ਜਦੋਂ ਕਰਦੇ ਹਨ ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਨਮਹ, ਭਾਵ ਵੱਡੇ ਚਾਰੇ ਸਤਿਗੁਰਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਦਿ ਲੈ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੱਕ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਤੇ ਉਸ ਤੋਂ ਉਪਰੰਤ ਫਿਰ ਪਾਤਸ਼ਾਹ ਬਾਣੀ ਦੀ ਪ੍ਰਾਰੰਭਤਾ ਕਰਦੇ ਹੋਏ ਬਖਸ਼ਿਸ਼ ਕਰਦੇ, ਸਿਮਰਾਓ ਸਿਮਰ ਸਿਮਰ ਸੁਖ ਪਾਵੋ। ਕਿਉਂਕਿ ਮਨੁੱਖੀ ਜੀਵਨ ਦੇ ਵਿੱਚ ਜੇ ਅਸੀਂ ਦੇਖੀਏ ਤੇ ਜਿੰਨੀ ਵੀ ਭੱਜ ਦੌੜ ਹੈ ਉਹ ਸੁੱਖ ਦੇ ਕਾਰਨ ਹੈ। ਸੁੱਖ ਦੇ ਕਰਕੇ ਹੀ ਮਨੁੱਖ ਆਪਣੇ ਜੀਵਨ ਦੇ ਵਿੱਚ ਭੱਜ ਦੌੜ ਕਰਦਾ ਹੈ। ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪ੍ਰਥਾਏ ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਹਨ ਕਿ ਇਹ ਪਾਵਨ ਬਾਣੀ ਸੁੱਖਾਂ ਦੀ ਮਣੀ ਹੈ। ਇਸ ਪਾਵਨ ਬਾਣੀ ਨੂੰ ਪੜ੍ਹ ਕੇ ਮਨੁੱਖ ਦੇ ਜੀਵਨ ਦੇ ਵਿੱਚ ਸੁੱਖ ਪ੍ਰਵੇਸ਼ ਕਰਦਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸ਼ੁਰੂਆਤ ਦੇ ਵਿੱਚ ਪਾਤਸ਼ਾਹ, ਕਿਉਂਕਿ ਜਦੋਂ ਤੱਕ ਜੀਵਨ ਦੇ ਵਿੱਚ ਸੁੱਖ ਨਹੀਂ, ਆਨੰਦ ਨਹੀਂ, ਉਦੋਂ ਤੱਕ ਮਨੁੱਖ ਆਤਮਿਕ ਵਿਕਾਸ ਜੋ ਹੈ ਉਹ ਨਹੀਂ ਕਰ ਸਕਦਾ। ਆਤਮਿਕ ਵਿਕਾਸ ਦੇ ਵਾਸਤੇ ਮਨ ਦਾ ਟਿਕਿਆ ਹੋਣਾ ਬੜਾ ਜ਼ਰੂਰੀ ਹੈ। ਮਨ ਟਿਕਿਆ ਹੋਇਆ ਹੀ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਪਾਤਸ਼ਾਹ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ, ਪਰਮੇਸ਼ਵਰ ਦਾ ਨਾਮ ਸਿਮਰਨ ਦੇ ਕਰਕੇ ਹੀ ਮਨੁੱਖੀ ਮਨ ਜਿਹੜਾ ਹੈ ਉਹ ਵਿਸ਼ਰਾਮ ਦੇ ਵਿੱਚ ਆਉਂਦਾ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਟਿਕਿਆ ਹੋਇਆ ਮਨ ਅਗਲੀਆਂ ਅਵਸਥਾਵਾਂ ਨੂੰ ਪ੍ਰਾਪਤ ਕਰ ਸਕਦਾ ਹੈ, ਅਗਲੇ ਪੜਾਅ ਤੇ ਪਹੁੰਚ ਸਕਦਾ ਹੈ। ਇਸ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਦੋਂ ਆਪਾਂ ਇਸ ਨੂੰ ਚਾਰ ਹਿੱਸਿਆਂ ਦੇ ਵਿੱਚ ਅਗਰ ਨਜ਼ਰ ਮਾਰੀਏ ਤੇ ਪਹਿਲੇ ਜੋ 6 ਪੜਾਅ ਹਨ, ਪਹਿਲੀਆਂ ਜੋ 6 ਅਸ਼ਟਪਦੀਆਂ ਹਨ, ਉਹਨਾਂ 6 ਅਸ਼ਟਪਦੀਆਂ ਦੇ ਵਿੱਚ ਸਤਿਗੁਰੂ ਜੀ ਨੇ ਨਾਮ ਦੀ ਮਹਾਨਤਾ ਦਾ ਕਥਨ ਕੀਤਾ ਹੈ। ਕਿਉਂਕਿ ਨਾਨਕ ਕੇ ਘਰ ਕੇਵਲ ਨਾਮ, ਨਾਮ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਹੈ, ਨਾਮ ਨੂੰ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ ਹੈ, ਨਾਮ ਨੂੰ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਅਤੇ ਨਾਮ ਨੂੰ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਨਾਮ ਦੀ ਗੱਲ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪੜਾਅ ਦੇ ਅੰਦਰ, ਜਿਵੇਂ ਜ਼ਿੰਦਗੀ ਦੇ 4 ਪਹਿਰ ਹੁੰਦੇ ਹਨ, ਦਿਨ ਦੇ ਵੀ 2-4 ਪਹਿਰ ਹੁੰਦੇ ਹਨ, ਰਾਤ ਦੇ ਵੀ 4 ਪਹਿਰ ਹੁੰਦੇ ਹਨ, ਸੋ ਇਸੇ ਤਰ੍ਹਾਂ ਜੇ ਅਸੀਂ ਇਹਨੂੰ ਜ਼ਿੰਦਗੀ ਦਾ ਪੜਾਅ ਮੰਨ ਲਈਏ ਤਾਂ ਪਹਿਲੇ ਪੜਾਅ ਦੇ ਵਿੱਚ, ਪਹਿਲੀਆਂ 6 ਅਸ਼ਟਪਦੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਨਾਮ ਨੂੰ ਦ੍ਰਿੜ ਕਰਵਾਇਆ, ਨਾਮ ਦੀ ਮਹਾਨਤਾ ਦਾ ਕਥਨ ਕੀਤਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਨਾਮ ਸਿਮਰਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਹਨ ਕਿ ਇਸ ਨਾਮ ਨੂੰ ਸਿਮਰ ਕਰਕੇ ਹੀ
ਮਨੁੱਖ ਦਾ ਜੀਵਨ ਜਿਹੜਾ ਹੈ ਉਹ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਨਾਮ ਨੂੰ ਦ੍ਰਿੜ ਕਰਵਾਉਂਦੇ ਹੋਏ ਪਹਿਲੇ 6 ਅਸਪਦੀਆਂ ਦੇ ਵਿੱਚ ਪਾਵਨ ਸ਼ਬਦ ਬਖਸ਼ਿਸ਼ ਕਰਦੇ, ਪਾਵਨ ਸ਼ਬਦ ਬਖਸ਼ਿਸ਼ ਕਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਨਾਮ ਦੀ ਪ੍ਰੋੜਤਾ ਕਥਨ ਕਰਦੇ ਹਨ। ਜਿਸ ਮਨੁੱਖ ਦੇ ਹਿੱਸੇ ਨਾਮ ਆ ਗਿਆ, ਜਿਸ ਮਨੁੱਖ ਦੇ ਜੀਵਨ ਦੇ ਵਿੱਚ ਪਰਮੇਸ਼ੁਰ ਦਾ ਨਾਮ ਆ ਗਿਆ, ਉਹਦੇ ਜੀਵਨ ਦੇ ਵਿੱਚ ਪਰਮੇਸ਼ੁਰ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਮ ਦਾ ਕਥਨ ਕੀਤਾ ਤੇ ਪਾਤਸ਼ਾਹ ਜੀ ਇਸੇ ਪੜਾਅ ਦੇ ਵਿੱਚ ਹੀ ਇਹ ਗੱਲ ਕਥਨ ਕਰਦੇ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਸਤਿਗੁਰ ਬਖਸ਼ਿਸ਼ ਕਰਦੇ, ਹੇ ਨਿਰਗੁਣਿਆਰ ਮਨੁੱਖ, ਹੇ ਇਆਣੇ ਨਾ ਸਮਝ, ਸੋ ਪ੍ਰਭ ਸਦਾ ਸੰਭਾਲ, ਉਸ ਪਰਮੇਸ਼ੁਰ ਦੀ ਸੰਭਾਲ ਕਰ ਜਿਸ ਪਰਮੇਸ਼ੁਰ ਨੇ ਤੈਨੂੰ ਸਿਰਜਿਆ ਹੈ, ਜਿਸ ਪਰਮੇਸ਼ੁਰ ਨੇ ਤੇਰੀ ਘਾੜਤ ਘੜੀ ਹੈ, ਉਸ ਪਰਮੇਸ਼ੁਰ ਦਾ ਧਿਆਨ ਧਰ। ਧਿਆਨ ਅਸੀਂ ਕਿਸੇ ਦਾ ਉਸ ਦੇ ਨਾਮ ਦੇ ਸਹਾਰੇ ਹੀ ਕਰ ਸਕਦੇ ਹਾਂ। ਜਿਸ ਮਨੁੱਖ ਦੇ ਵੱਲ ਸਾਡਾ ਧਿਆਨ ਹੁੰਦਾ ਹੈ ਉਹਦਾ ਨਾਮ ਸਾਡੇ ਜ਼ਿਹਨ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਪਰਮਾਤਮਾ ਨੂੰ ਧਿਆਨ ਵਿੱਚ ਰੱਖਣਾ ਹੈ ਤੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਾਡੇ ਜ਼ਿਹਨ ਵਿੱਚ ਹੋਣਾ ਬੜਾ ਜ਼ਰੂਰੀ ਹੈ। ਜੇ ਪਰਮਾਤਮਾ ਦਾ ਨਾਮ ਜ਼ਿਹਨ ਵਿੱਚ ਨਹੀਂ ਹੈ ਫਿਰ ਅਸੀਂ ਪਰਮਾਤਮਾ ਨੂੰ ਵੀ ਆਪਣੇ ਜ਼ਿਹਨ ਦੇ ਵਿੱਚ ਆਪਣੇ ਮਨ ਦੇ ਵਿੱਚ ਟਿਕਾ ਨਹੀਂ ਸਕਦੇ, ਲਿਆ ਨਹੀਂ ਸਕਦੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਸਦਾ ਸਦੀਵ ਕਾਲ ਉਸ ਪਰਮੇਸ਼ੁਰ ਦੀ ਸੰਭਾਲ ਕਰ, ਜਿਨ ਕੀਆ ਜਿਸ ਨੇ ਤੈਨੂੰ ਕੀਤਾ ਹੈ ਬਣਾਇਆ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨ ਹੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਪੜਾਅ ਦੇ ਵਿੱਚ ਨਾਮ ਦੀ ਪ੍ਰੋੜਤਾ ਬਖਸ਼ਿਸ਼ ਕਰਦੇ ਹਨ। ਵਿਸ਼ੇਸ਼ ਕਰਕੇ ਵੈਸੇ ਤੇ ਸਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੀ ਨਾਮ ਦੀ ਪ੍ਰੋੜਤਾ ਹੈ। ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਤਿਗੁਰ ਜੀ ਨੇ ਨਾਮ ਨੂੰ ਹੀ ਪ੍ਰੋੜਤਾ ਬਖਸ਼ਿਸ਼ ਕੀਤੀ ਹੈ, ਨਾਮ ਨੂੰ ਹੀ ਮੁੱਖ ਤੌਰ ਤੇ ਕਥਨ ਕੀਤਾ ਹੈ। ਉਸ ਦੇ ਨਾਲ ਨਾਲ ਸਤਿਗੁਰ ਜੀ ਅਗਲੇ ਪੜਾਅ ਦੇ ਵਿੱਚ ਹੋਰ ਵੀ ਕਈ ਐਸੀਆਂ ਗੁਹਜ ਰਮਝਾਂ ਜਿਹੜੀਆਂ ਹਨ ਉਹ ਜਗਿਆਸੂ ਦੇ ਸਨਮੁੱਖ, ਸਿੱਖ ਦੇ ਸਨਮੁੱਖ ਰੱਖਦੇ ਹਨ, ਜਿਨ੍ਹਾਂ ਦੀ ਵਿਚਾਰ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ। ਪਰ ਪਹਿਲੇ ਜੇ ਅਸੀਂ 6 ਅਸ਼ਟਪਦੀਆਂ ਦੀ ਗੱਲ ਕਰੀਏ ਜਾਂ 6 ਸਲੋਕਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਵਿਸ਼ੇਸ਼ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਨੂੰ ਕਥਨ ਕੀਤਾ ਹੈ, ਨਾਮ ਦਾ ਕਥਨ ਕੀਤਾ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ, ਇਹ ਜਿੰਨੇ ਵੀ ਫਲ ਹਨ ਇਹ ਸਾਰੇ ਪਰਮੇਸ਼ੁਰ ਦੇ ਸਿਮਰਨ ਦੇ ਦੁਆਰਾ ਪ੍ਰਾਪਤ ਹੁੰਦੇ ਹਨ। ਸੋ ਕਲਯੁਗ ਦੇ ਅੰਦਰ ਗੁਰੂ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ, ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲਹੋ ਭੁੱਲਹੋ, ਮਨ ਰੁੱਤ ਨਾਮ ਰੇ। ਸਤਿਗੁਰ ਨੇ ਕਿਹਾ ਇਹ ਰੁੱਤ ਨਾਮ ਬੀਜਣ ਦੀ ਹੈ, ਕਿਉਂਕਿ ਹਰ ਯੁੱਗ ਦਾ ਇੱਕ ਆਪੋ ਆਪਣਾ ਧਰਮ ਹੋਇਆ ਕਰਦਾ ਹੈ। ਸਤਯੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਕੇਵਲ ਨਾਮ ਦੇ ਆਸਰੇ ਤੇ ਹੈ, ਨਾਮ ਬੀਜਣ ਦਾ ਸਮਾਂ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ। ਗੁਰੂ ਅਮਰਦਾਸ ਪਾਤਸ਼ਾਹ ਜੀ ਨਾਮ ਦੀ ਮਹਾਨਤਾ ਕਥਨ ਕਰਦੇ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦਾ ਕਥਨ ਕਰਦੇ ਹਨ, ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਲੋਕ ਅਸੀਂ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਜਿੱਥੇ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਉਚਾਰਨ ਕੀਤਾ ਹੈ। ਉੱਥੇ ਪਾਤਸ਼ਾਹ ਬਖਸ਼ਿਸ਼ ਕਰਦੇ, ਜਿੰਨੀ ਨਾਮ ਧਿਆਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਲੇਕਿਨ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਸਲੋਕ ਦਾ ਕਥਨ ਕਰਦੇ ਹਨ ਤੇ ਉਹ ਕਥਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ, ਹੋਰ ਕੀਤੀ ਛੁੱਟੀ ਨਾਲ। ਸੋ ਭਾਵ ਸਾਰੇ ਹੀ ਸਤਿਗੁਰਾਂ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੇ ਆਪਾਂ ਗੱਲ ਕਰੀਏ ਤੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਨਾਮ ਦੀ ਦ੍ਰਿੜਤਾ ਬਖਸ਼ਿਸ਼ ਕੀਤੀ ਹੈ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਿਹੜੇ ਪਰਮੇਸ਼ਵਰ ਦਾ ਨਾਮ ਸਿਮਰਦੇ ਹਨ, ਜਪਦੇ ਹਨ, ਉਹ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਹਨ, ਜੀਵਨ ਆਨੰਦ ਨੂੰ ਪ੍ਰਾਪਤ ਕਰਦੇ ਹਨ, ਆਤਮਕ ਆਨੰਦ ਨੂੰ ਪ੍ਰਾਪਤ ਕਰਦੇ ਹਨ। ਸੋ ਇਸ ਕਰਕੇ ਜੋ ਸਾਡੇ ਜੀਵਨ ਦੀ ਮੰਜ਼ਿਲ ਹੈ ਪਰਮਾਤਮਾ ਹੈ, ਤੇ ਸਾਡੇ ਜੀਵਨ ਦੀ ਮੰਜ਼ਿਲ ਤੱਕ ਸਾਨੂੰ ਲੈ ਕੇ ਜਾਣ ਵਾਲਾ ਜੋ ਸਾਧਨ ਹੈ, ਸਰੋਤ ਹੈ ਕਲਯੁਗ ਦੇ ਅੰਦਰ, ਉਹ ਪਰਮੇਸ਼ਵਰ ਦਾ ਨਾਮ ਹੈ। ਇਸ ਕਰਕੇ ਪਹਿਲੇ ਪੜਾਅ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਾਮ ਦ੍ਰਿੜ ਕਰਵਾਉਂਦੇ ਹਨ, ਨਾਮ ਦੀ ਮਹਾਨਤਾ ਬਖਸ਼ਿਸ਼ ਕਰਦੇ ਹਨ, ਨਾਮ ਦੇ ਦੁਆਰਾ ਜੋ ਪ੍ਰਾਪਤੀ ਹੈ ਉਹਦਾ ਕਥਨ ਕਰਦੇ ਹਨ। ਵੈਸੇ ਤੇ ਸਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦੋਂ ਜਿਗਿਆਸੂ ਜਨ ਪੜ੍ਹਦਾ ਹੈ, ਜਿੱਥੇ ਸਤਿਗੁਰ ਹੋਰ ਗੁਹਜ ਰਮਝਾਂ ਆਪਣੇ ਸਿੱਖ ਦੇ ਨਾਲ ਸਾਂਝੀਆਂ ਕਰਦੇ ਹਨ, ਜ਼ਿੰਦਗੀ ਦੇ ਗੁਹਜ ਭੇਦ ਖੋਲ ਕੇ ਰੱਖਦੇ ਹਨ, ਉਹਦੇ ਨਾਲ ਨਾਲ ਜੋ ਨਾਮ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਵਰ ਤੋਂ ਲੈ ਕੇ ਆਏ, ਜੋ ਨਾਮ ਦੀ ਦਾਤ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਬਖਸ਼ਿਸ਼ ਕੀਤੀ ਹੈ, ਉਹਨੂੰ ਅਤਿਸ਼ਹਿ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਤੇ ਪਾਤਸ਼ਾਹ ਜੀ ਨੇ ਕਿਹਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਕਿਹੇ ਭਾਈ, ਭਗਤ ਪਰਮੇਸ਼ਵਰ ਦੇ ਪਿਆਰੇ ਜੋ ਜਨ ਹੋਇਆ ਕਰਦੇ ਹਨ, ਉਹਨਾਂ ਦੇ ਮਨ ਨਾਮ ਦੇ ਦੁਆਰਾ ਵਿਸ਼ਰਾਮ ਕਰਦੇ ਹਨ। ਸੋ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ, ਪਿਆਰਿਆਂ ਨੂੰ, ਸਾਰਿਆਂ ਦੇ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਦੀ ਤਾਕੀਦ ਹੈ, ਹੁਕਮ ਹੈ, ਨਾਨਕ ਕਹਿ ਘਰ ਕੇਵਲ ਨਾਮ, ਉਸ ਨਾਮ ਦੇ ਆਸਰੇ ਤੇ ਹੀ ਸਾਨੂੰ ਆਪਣੇ ਜੀਵਨ ਦੀ ਮੰਜ਼ਿਲ ਪ੍ਰਾਪਤ ਹੋਣੀ ਹੈ। ਸਤਿਗੁਰ ਇਸ ਪਾਵਨ ਬਾਣੀ ਦੇ ਦੁਆਰਾ ਨਾਮ ਦੀ ਮਹਾਨਤਾ ਕਥਨ ਕਰਦੇ ਹਨ। ਜਿਨ੍ਹਾਂ ਨੇ ਨਾਮ ਸਿਮਰਿਆ ਹੈ ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ, ਉਹ ਇਸ ਜੀਵਨ ਮੰਜ਼ਿਲ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਹੈ, ਉਹਨਾਂ ਦਾ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸੁਹੇਲਾ ਹੋਇਆ ਹੈ ਨਾਮ ਦੇ ਦੁਆਰਾ। ਗਿਆਨ ਤੇ ਨਾਮ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੋਵੇਂ ਬਖਸ਼ਿਸ਼ਾਂ ਕੀਤੀਆਂ ਹਨ। ਗਿਆਨ ਗੁਰਬਾਣੀ ਹੈ, ਗੁਰਬਾਣੀ ਗਿਆਨ ਦਾ ਅਥਾਹ ਸਾਗਰ ਹੈ, ਲੇਕਿਨ ਇਸ ਆਤਮਕ ਆਨੰਦ ਨੂੰ, ਇਸ ਆਤਮਕ ਗਿਆਨ ਨੂੰ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਸੰਜੋ ਸਕਦਾ ਹੈ, ਟਿਕਾ ਸਕਦਾ ਹੈ, ਜੋ ਨਾਮ ਅਭਿਆਸੀ ਹੈ, ਜੋ ਨਾਮ ਦਾ ਅਭਿਆਸ ਕਰਦੇ ਹਨ, ਸਿਮਰਨ ਕਰਦੇ ਹਨ। ਇਸ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਸਿਮਰਾਓ ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ, ਸਿਮਰਾਓ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਸੋ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪਹਿਲੇ 6 ਅਸ਼ਟਪਦੀਆਂ ਦੇ ਵਿੱਚ ਸਤਿਗੁਰ ਜੀ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਸਵਾਸ ਸਵਾਸ ਹਰ ਨਾਮ ਜਪ, ਬਿਰਥਾ ਸਵਾਸ ਮਤ ਖੋਏ, ਕਿਆ ਜਾਣੋ ਕਿ ਅੰਤਕਾਲ ਇਹ ਸਵਾਸ ਮਤ ਹੋਏ। ਸਤਿਗੁਰ ਕਿਰਪਾ ਕਰਨ ਸਾਡਿਆਂ ਹਿਰਦਿਆਂ ਵਿੱਚ ਨਾਮ ਦੀ ਦਾਤ ਵਸੇ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋਏ ਪਰਮੇਸ਼ਵਰ ਦਾ ਧਿਆਨ ਸਾਡੇ ਹਿਰਦੇ ਵਿੱਚ ਟਿਕੇ। ਸੋ ਇਹੀ ਸਾਡੀ ਕੋਸ਼ਿਸ਼ ਤੇ ਯਤਨ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਨੂੰ ਸੁਮਤ ਬਖਸ਼ਿਸ਼ ਕਰਨ, ਸਾਨੂੰ ਗੁਰਮਤਿ ਦਾ ਰਸਤਾ ਬਖਸ਼ਿਸ਼ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬਖਸ਼ੋ ਅਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।